ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਿਹੜੀ ਕਾਲ ਦਿੱਤੀ ਜਾਂਦੀ ਹੈ ਉਸ ਦੇ ਸੰਬੰਧ 'ਚ ਵੱਖ ਵੱਖ ਜਥੇਬੰਦੀਆਂ ਇਸੇ ਰਸਤੇ ਦੇ ਥਾਣੀ ਜਿਹੜਾ ਅੱਜ ਅੰਦਰ ਜਾਂਦੇ ਆ। ਪਰ ਤਸਵੀਰਾਂ ਜਿਹੜੀਆਂ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ, ਤਸਵੀਰਾਂ 'ਚ ਕੀ ਸਾਹਮਣੇ ਆਉਂਦਾ, ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇ ਵਾਲਿਆਂ ਦੇ ਜਥੇਬੰਦੀ ਸਿੱਧੂਪੁਰਾ ਜਥੇਬੰਦੀ ਜਿਹੜੀ ਹੈ ਉਹ ਇੱਥੇ ਸਭ ਤੋਂ ਪਹਿਲੇ ਪਹੁੰਚਦੀ ਹੈ। ਇਸ ਸਾਈਡ 'ਤੇ ਇੱਕ ਪਿੱਛੇ ਨਾਕਾ ਸੀ, ਉਸ ਨਾਕੇ ਨੂੰ ਤੋੜਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਜਥੇਬੰਦੀ ਇਸ ਨਾਕੇ ਦੇ ਉੱਪਰ ਪਹੁੰਚਦੀ ਹੈ ਤਾਂ ਬਕਾਇਦਾ ਇੱਥੇ ਬੈਰੀਕੇਡ ਕੀਤੀ ਜਾਂਦੀ ਹੈ ਅਤੇ ਪੁਲਿਸ ਦੇ ਮੁਲਾਜ਼ਮਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਵਿਚਾਰ ਕਾਫੀ ਜਿਹੜੀ ਹੈ ਮੁੱਠਭੇੜ ਹੁੰਦੀ ਹੈ, ਗਰਮਾ ਗਰਮੀ ਹੁੰਦੀ ਹੈ, ਇੱਧਰੋਂ ਉੱਧਰੋਂ ਡਾਂਗਾ ਚੱਕ ਚੱਲਣ ਦੀ ਨੌਬਤ ਪੈਦਾ ਹੋ ਜਾਂਦੀ ਹੈ। ਪਰ ਕਿਸਾਨਾਂ ਦੁਆਰਾ ਇੱਕ ਜੀਪ ਜਿਹੜੀ ਹੈਗੀ ਸੀ ਮਿੰਦਰਾ ਪਿਕਅਪ ਜੀਪ ਨੂੰ ਅੱਗੇ ਲਿਜਾ ਕੇ ਇਸ ਨਾਕੇ ਨੂੰ ਤੋੜ ਦਿੱਤਾ ਜਾਂਦਾ ਹੈ। ਜਦੋਂ ਇੱਕ ਨਾਕਾ ਤੋੜਿਆ ਜਾਂਦਾ ਤਾਂ ਇਸ ਤੋਂ ਅੱਗੇ ਚਾਰ ਜਿਹੜੇ ਵੱਡੇ ਨਾਕੇ ਹੋਰ ਲਗਾਏ ਸੀ, ਸਾਰੇ ਨਾਕੇ ਤੋੜ ਕੇ ਜਥੇਬੰਦੀ ਉੱਥੇ ਪਹੁੰਚਦੀ। ਉਸ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ, ਉਗਰਾਹਾ ਜਥੇਬੰਦੀ ਇੱਥੇ ਪਹੁੰਚੀ ਆ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਥੇਬੰਦੀ ਪਹੁੰਚੀ ਆ, ਸਾਰੀਆਂ ਜਥੇਬੰਦੀਆਂ ਜਿਹੜੇ ਰਸਤਾ ਇਹ ਪੁਆਇੰਟ ਉਹ ਹੈਗਾ ਟੀ ਪੁਆਇੰਟ, ਜਿਸ ਟੀ ਪੁਆਇੰਟ ਨੂੰ 2 ਦਿਨ ਪਹਿਲੇ ਪੰਜਾਬ ਪੁਲਿਸ ਦੁਆਰਾ ਬਕਾਇਦਾ ਜਿਹੜੇ ਹੈਗੇ ਸੀ ਚੱਕਿਆ ਗਿਆ ਸੀ। ਇੱਥੇ ਕਿਸਾਨਾਂ ਦਾ ਇੱਕ ਨਾਕਾ ਸੀ, ਉਹਨੂੰ ਚੱਕਿਆ ਗਿਆ ਸੀ। ਮੀਡੀਆ ਦੇ ਵਿੱਚ ਇਹ ਖਬਰਾਂ ਵੀ ਆਈਆਂ ਸੀ ਕਿ ਮੋਰਚਾ ਚੱਕਿਆ ਗਿਆ, ਮੋਰਚਾ ਨਹੀਂ ਚੱਕਿਆ ਗਿਆ ਸੀ, ਟੀ ਪੁਆਇੰਟ ਤੋਂ ਜਿਹੜਾ ਕਿਸਾਨਾਂ ਦਾ ਇੱਕ ਤੰਬੂ ਸੀ ਉਹ ਖੇੜਿਆ ਗਿਆ ਸੀ। ਪਰ ਉਸ ਤੋਂ ਬਾਅਦ ਕਿਸਾਨਾਂ ਨੇ ਅੱਜ ਪੁਲਿਸ ਦੇ ਜਿਹੜੇ ਬੈਰੀਕੇਡ ਹੈ ਉਸੇ ਜਗ੍ਹਾ ਤੋਂ ਖੇੜੇ ਦਿੱਤੇ ਆ। ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ, ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦਿਖ ਰਿਹਾ ਕਿਸ ਤਰੀਕੇ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਅੱਜ ਜਿਹੜਾ ਹੈ ਗਰਮਾ ਗਰਮੀ ਚੱਲਦੀ ਰਹੀ ਆ। ਅਜੇ ਵੀ ਕਿਸਾਨਾਂ ਦਾ ਜਿਹੜਾ ਮੋਰਚੇ 'ਤੇ ਹੈ ਸਪੀਚ ਜਿਹੜੀ ਆ ਚੱਲ ਰਹੀ ਆ, ਸ਼੍ਰੀ ਅਖੰਡ ਪਾਠ ਸਾਹਿਬ ਦੇ ਅੱਜ ਇੱਥੇ ਭੋਗ ਵੀ ਪਾਏ ਗਏ ਆ। ਸੱਚਖੰਡ ਲਈ ਜ਼ੀਰਾ ਤੋਂ ਸਤਪਾਲ ਸਿੰਘ ਦੀ ਰਿਪੋਰਟ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।